ਬਾਬੂਸ਼ਾਹੀ ਦੇਖ ਰਹੇ ਤੁਸੀਂ ਸੀਜੀਸੀ ਝੰਡੇੜੀ ਦੀ ਗੱਲਬਾਤ ਅਸੀਂ ਕਰਾਂਗੇ ਜਿਹੜੇ ਸਟੂਡੈਂਟਸ ਇੱਥੇ ਪੜਨ ਆਉਂਦੇ ਨੇ ਵੱਖ-ਵੱਖ ਸਟੇਟਾਂ ਤੋਂ ਤੇ ਵੱਖ-ਵੱਖ ਕੰਟਰੀਜ਼ ਤੋਂ ਉਹਨਾਂ ਦੇ ਲਈ ਗਲੋਬਲ ਐਕਸਪੋਜ਼ਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਰਹਿੰਦਾ ਹੈ ਕਾਲਜ ਵੱਲੋਂ ਨਵਾਂ ਹੁਣ ਕੀ ਕੁਛ ਕੀਤਾ ਜਾਂਦਾ ਤਾਂ ਜੋ ਵੱਧ ਤੋਂ ਵੱਧ ਜਿਹੜੇ ਸਟੂਡੈਂਟਸ ਨੇ ਜਿਹੜੇ ਇੱਥੋਂ ਬਾਹਰ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਮਦਦ ਮਿਲਦੀ ਹੈ ਤੇ ਨਾਲ ਹੀ ਜਿਹੜੇ ਹੋਰਾ ਮੁਲਕਾਂ ਤੋਂ ਇੱਥੇ ਪੜਨ ਆਉਂਦੇ ਨੇ ਉਹਨਾਂ ਲਈ ਖਾਸ ਤੌਰ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੀਆਂ ਫੈਸਿਲਿਟੀਆਂ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਨੇ ਸਾਡੇ ਨਾਲ ਅਸੀਮ ਜੋਤ ਸਿੰਘ ਚੈਲ ਜੁੜੇ ਹੋਏ ਨੇ ਗੱਲਬਾਤ ਕਰਾਂਗੇ ਇੰਟਰਨੈਸ਼ਨਲ ਅਫੇਅਰਸ ਦੇ ਉਹ ਹੈਡ ਨੇ ਚੈਲ ਸਾਹਿਬ ਖਾਸ ਅੱਜ ਦੇ ਦਿਨਾਂ ਵਿੱਚ ਆਪਾਂ ਗੱਲ ਕਰੀ ਤੁਹਾਡੇ ਕੈਂਪਸ ਵੱਲੋਂ ਸੀਜੀਸੀ ਚ ਨੇੜੇ ਵੱਲੋਂ ਕਈ ਥੋਡੀਆਂ ਪ੍ਰਾਪਤੀਆਂ ਪਤਾ ਲੱਗੀਆਂ ਹਾਲ ਹੀ ਦੇ ਵਿੱਚ ਜਿਹੜੀਆਂ ਹੋਈਆਂ ਉਹ ਚ ਆਪਾਂ ਗਲੋਬਲ ਐਕਸਪੋਜ਼ਰ ਦੀ ਗੱਲ ਕਰੀਏ ਸਟੂਡੈਂਟਸ ਲਈ ਉਸ ਖੇਤਰ ਚ ਕੀ ਕੀ ਤੁਸੀਂ ਕਰ ਰਹੇ ਹੋ ਪਹਿਲਾਂ ਤਾਂ ਜੇ ਬਾਬੂ ਸ਼ਹੀਦਾ ਬਹੁਤ ਬਹੁਤ ਥੈਂਕਸ ਸੀਜੀਸੀ ਚੰਜੇਡੀ ਓਨਲੀ ਚਲਿਗੜ ਗਰੁੱਪ ਆਫ ਕਾਲਜਿਸ ਚੰਜੇਡੀ ਚ ਇਸ ਟਾਈਮ ਇੰਟਰਨੈਸ਼ਨਲ ਵਾਸਤੇ ਬਹੁਤ ਐਕਸਪੋਜ਼ਰ ਚੱਲ ਰਿਹਾ ਬੱਚਿਆਂ ਲਈ ਬਹੁਤ ਸਾਰੇ ਆਪਸ਼ਨਸ ਨੇ ਸਾਡੇ ਸਟੂਡੈਂਟਸ ਲਈ ਇਨਫੈਕਟ ਇੱਥੇ ਜੇ ਮੈਂ ਗੱਲ ਕਰਾਂ ਤਾਂ ਇੰਟਰਨੈਸ਼ਨਲ ਡਿਪਾਰਟਮੈਂਟਸ ਚ ਆਪਣੇ ਕੋਲੇ ਦੋ ਵਿੰਗਸ ਨੇ ਇੱਕ ਤਾਂ ਹੈਗਾ ਇੰਟਰਨੈਸ਼ਨਲ ਐਡਮਿਸ਼ਨਸ ਦਾ ਜਿਹੜਾ ਬੱਚਾ ਬਾਹਰੋਂ ਇੱਥੇ ਪੜਨ ਆਉਂਦਾ ਜੇ ਮੈਂ ਉਹਨਾਂ ਦੀ ਵੀ ਗੱਲ ਕਰਾਂ ਆਪਣੇ ਕੋਲੇ ਇੱਥੇ 25 ਪਲੱਸ ਕੰਟਰੀਜ਼ ਤੋਂ 400 ਤੋਂ ਵੱਧ ਬੱਚੇ ਪੜ ਰਹੇ ਤੇ ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਇੱਥੋਂ ਬੱਚਿਆਂ ਨੂੰ ਬਾਹਰ ਜਾਣ ਲਈ ਜਾਂ ਫਿਰ ਜਿਹੜਾ ਬੱਚਿਆਂ ਕੋਲ ਇੱਥੇ ਗਲੋਬਲ ਐਕਸਪੋజర్ ਆ ਤਾਂ ਉਹਦੇ ਸਾਡੇ ਕੋਲੇ 100 ਪਲੱਸ ਯੂਨੀਵਰਸਿਟੀਆਂ ਨਾਲ ਸਾਡੇ ਟਾਈਅਪਸ ਨੇਗੇ ਤਾਂ ਬੱਚਿਆਂ ਨੂੰ ਬਹੁਤ ਸਾਰਾ ਐਕਸਪੋజర్ ਮਿਲਦਾ ਬਾਹਰ ਜਾਣ ਦਾ ਵੀ ਮਿਲਦਾ ਤੇ ਜਿਹੜੇ ਬੱਚੇ ਨਹੀਂ ਵੀ ਜਾਣਾ ਚਾਹੁੰਦੇ ਜਿਹੜੇ ਇੱਥੇ ਵੀ ਨੇ ਉਹਨਾਂ ਨੂੰ ਗੈਸਟ ਲੈਕਚਰਸ ਮਿਲਦੇ ਨੇ ਬਾਹਰ ਕੀ ਪੜਾਈਆਂ ਚੱਲ ਰਹੀਆਂ ਨੇ ਉਹਨਾਂ ਬਾਰੇ ਦੱਸਿਆ ਜਾਂਦਾ ਫੋਰਨ ਪ੍ਰੋਫੈਸਰ ਸਾਡੇ ਕੋਲ ਇੱਥੇ ਆਉਂਦੇ ਰਹਿੰਦੇ ਨੇ ਤੇ ਇਸ ਤਰੀਕੇ ਨਾਲ ਬਹੁਤ ਸਾਰੇ ਆਪਸ਼ਨਸ ਨੇ ਬੱਚਿਆਂ ਕੋਲ ਇੱਥੇ ਆਉਂਦੇ ਠੀਕ ਹੈ ਤੇ ਅ ਇੱਥੇ ਜਿਵੇਂ ਤੁਸੀਂ ਦੱਸਿਆ ਵੀ ਕਾਫੀ ਕੰਟਰੀਜ਼ ਤੋਂ ਆ ਰਹੇ ਨੇ ਉਹਨਾਂ ਨੂੰ ਸਪੈਸ਼ਲ ਫੀਲ ਕਰਾਉਣ ਦੇ ਲਈ ਉਹਨਾਂ ਦਾ ਵੈਲਕਮ ਕਿਸ ਤਰ੍ਹਾਂ ਦੇ ਨਾਲ ਕੀਤਾ ਜਾਂਦਾ ਕੋਈ ਖਾਸ ਤੌਰ ਤੇ ਇਵੈਂਟਸ ਹੋਣ ਜਾਂ ਇਨਕਰੇਜ ਕਰਨ ਦਾ ਕੋਈ ਮੌਕਾ ਹੋਵੇ ਉਹ ਕੀ ਹੁੰਦਾ ਬਿਲਕੁਲ ਜੀ ਜਿਹੜੇ ਬੱਚੇ ਸਾਡੇ ਕੋਲ ਬਾਹਰੋਂ ਇੱਥੇ ਪੜ੍ਹਨ ਆਉਂਦੇ ਨੇ ਉਹਨਾਂ ਲਈ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਬਿਲਕੁਲ ਇੱਥੇ ਫੀਲ ਐਟ ਹੋਮ ਕਰਾਇਆ ਜਾਂਦਾ ਸਾਡੇ ਕੋਲ ਇੱਕ ਸਟ੍ਰਿਕਟ ਪਾਲਿਸੀ ਆ ਜ਼ੀਰੋ ਟੋਲਰੈਂਸ ਟੂ ਰੇਸਿਜ਼ਮ ਕੋਈ ਪੇਤ ਪਾਉਨੇ ਬੱਚਿਆਂ ਨੂੰ ਸੇਮ ਪੜਾਈ ਦਿੱਤੀ ਜਾ ਰਹੀ ਹੈ ਜਿਹੜੇ ਆਪਣੇ ਇੰਡੀਅਨ ਬੱਚਿਆਂ ਨੂੰ ਦਿੱਤੀ ਜਾਂਦੀ ਆ ਉਹਨਾਂ ਦੇ ਜਿਹੜੇ ਕੰਟਰੀਜ਼ ਦੇ ਇੰਡੀਪੈਂਡੈਂਸ ਡੇ ਵਗੈਰਾ ਹੁੰਦੇ ਨੇ ਉਹ ਸਾਰੇ ਅਸੀਂ ਸੈਲੀਬ੍ਰੇਟ ਕਰਦੇ ਆ ਤੁਸੀਂ ਬਹੁਤ ਸਹੀ ਟਾਈਮ ਤੇ ਆਇਓ ਕੱਲ ਨੂੰ ਹੀ 25 ਮਈ ਆ ਤੇ ਕੱਲ ਨੂੰ ਆਫਰੀਕਾ ਡੇ ਆ ਉਹਨਾਂ ਲਈ ਵੀ ਇੱਥੇ ਸਾਰੇ ਬੱਚਿਆਂ ਲਈ ਅਸੀਂ ਬਹੁਤ ਵੱਡਾ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਹੋਇਆ ਸੋ ਉਸ ਤਰੀਕੇ ਨਾਲ ਬਹੁਤ ਆਲਮੋਸਟ ਹਰ ਮਹੀਨੇ ਦੋ ਤਿੰਨ ਫੰਕਸ਼ਨ ਹੁੰਦੇ ਰਹਿੰਦੇ ਨੇ ਬੱਚਿਆਂ ਲਈ ਵੀ ਤੇ ਉਹ ਇੱਥੇ ਹੋਸਟਲ 'ਚ ਵੀ ਰਹਿ ਰਹੇ ਨੇ ਆਪਣੇ ਇੰਡੀਅਨ ਸਟੂਡੈਂਟਸ ਨਾਲ ਰਹਿੰਦੇ ਨੇ ਬਟ ਅਸੀਂ ਉਹਨਾਂ ਦੀ ਜ਼ਰੂਰਤਾਂ ਵੀ ਸਮਝਦੇ ਆ ਉਹਨਾਂ ਨੂੰ ਆ ਸਪੈਸ਼ਲ ਫੂਡ ਵੀ ਦਿੱਤਾ ਜਾਂਦਾ ਹੈਗਾ ਬੱਚਿਆਂ ਨੂੰ ਕਿਉਂਕਿ ਇੰਟਰਨੈਸ਼ਨਲ ਵਾਲਿਆਂ ਲਈ ਜਿਵੇਂ ਆਫਰੀਕਨ ਬੱਚਿਆਂ ਦੀ ਗੱਲ ਕਰਾਂ ਤਾਂ ਉਹ ਨਾਨ-ਵੈਜੀਟੇਰੀਅਨ ਜ਼ਿਆਦਾ ਪਸੰਦ ਕਰਦੇ ਨੇ ਅਸੀਂ ਉਹ ਛੋਟੀਆਂ-ਛੋਟੀਆਂ ਚੀਜ਼ਾਂ ਦਾ ਵੀ ਧਿਆਨ ਰੱਖਦੇ ਆ ਜੋ ਤੁਸੀਂ ਕੁਝ ਕਰ ਰਹੇ ਹੋ ਤੁਸੀਂ ਦੱਸਿਆ ਗਲੋਬਲ ਐਕਸਪੋਜ਼ਰ ਦੇ ਖੇਤਰ ਚ ਤੇ ਕੋਈ ਰੀਸੈਂਟ ਕੋਈ ਪ੍ਰਾਪਤੀਆਂ ਹੋਣ ਵੀ ਸਟੂਡੈਂਟ ਇੱਥੋਂ ਬਾਹਰ ਗਏ ਹੋਣ ਉਹਨਾਂ ਨੇ ਕੋਈ ਉੱਥੇ ਜਾ ਕੇ ਕੋਈ ਚੰਗਾ ਕੰਮ ਕੀਤਾ ਹੋਵੇ ਜਾਂ ਜਿਹੜੇ ਉੱਥੋਂ ਇੱਥੇ ਬਾਹਰੋਂ ਇੱਥੇ ਆ ਰਹੇ ਨੇ ਉਹਨਾਂ ਨੇ ਕੋਈ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੋਵੇ ਉਹ ਉਹਦੇ ਬਾਰੇ ਦੱਸੋ ਬਿਲਕੁਲ ਜੀ ਆਪਣੇ ਕੋਲ ਇੱਥੇ ਬੱਚਾ ਬਹੁਤ 2+2 ਪ੍ਰੋਗਰਾਮਸ ਲਈ ਜਾਂਦਾ ਹਾਂ ਸੌਰੀ ਜਿਵੇਂ ਕਿ ਆਪਣਾ ਹੁਣ ਕੱਲ ਹੀ ਸਾਡਾ ਇੱਕ ਅਮਰੀਕਾ ਦੀ ਯੂਨੀਵਰਸਿਟੀ ਨਾਲ ਟਾਈਅਪ ਹੋਇਆ ਅਸੀਂ ਅਸੀਂ ਮਿਉ ਕੈਲੀਫੋਰਨੀਆ ਮੀਰਾਮਾਰ ਯੂਨੀਵਰਸਿਟੀ ਆ ਉਹਨਾਂ ਦੀ ਪ੍ਰੈਜ਼ੀਡੈਂਟ ਆਪਣੇ ਇੱਥੇ ਆਈ ਸੀਗੀ ਉਹਨਾਂ ਨਾਲ ਆਪਣਾ ਗਲੋਬਲ ਟਾਇਅਪ ਹੋਇਆ ਉਹਦੇ ਚ ਬੱਚਾ 2 ਸਾਲ ਇੱਥੇ ਪੜੂਗਾ 2 ਸਾਲ ਉੱਥੇ ਜਾ ਕੇ ਕੰਟੀਨਿਊ ਕਰ ਸਕਦਾ ਵਿਸਟਡੀ ਤੇ ਇਨਫੈਕਟ ਮਾਸਟਰਸ ਪ੍ਰੋਗਰਾਮ ਲਈ MBA ਲਈ ਬੱਚਾ 1 ਸਾਲ ਇੱਥੇ ਪੜ ਸਕਦਾ ਤੇ 1 ਸਾਲ ਦੀ ਪੜਾਈ ਆਪਦੀ ਉੱਥੇ ਜਾ ਕੇ ਪੂਰੀ ਕਰੂਗਾ ਉਸ ਤੋਂ ਬਾਅਦ ਉਹਨਾਂ ਨੂੰ ਵਰਕ ਵੀਜ਼ਾ ਵੀ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਆਵਦਾ ਉਹ ਪੀਆਰ ਲਈ ਵੀ ਅਪਲਾਈ ਕਰ ਸਕਦੇ ਨੇ ਜੇ ਸਹੀ ਤਰੀਕੇ ਨਾਲ ਬੱਚਾ ਆਪਣੀ ਡਿਗਰੀ ਪੂਰੀ ਕਰਦਾ ਤੇ ਉਸੇ ਫੀਲਡ ਵਿੱਚ ਆਪਣੀ ਇੰਟਰਨਸ਼ਿਪ ਤੇ ਕੰਮ ਕਰਦਾ ਤਾਂ ਬੱਚਿਆਂ ਦੀ ਪੀਆਰ 'ਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਚਾ ਚਲ ਸਾਹਿਬ ਜਦੋਂ ਸ਼ੁਰੂਆਤ ਹੋਈ ਜਿਹੜੀ ਸੀਜੀਸੀ ਚਨਜੇੜੀ ਦੀ ਜਿਹੜਾ ਹੁਣ ਤੱਕ ਦਾ ਸਫਰ ਹੈ ਉਹ ਤੁਸੀਂ ਕਿਵੇਂ ਵੇਖਦੇ ਹੋ ਸ਼ੁਰੂ ਦੇ ਵਿੱਚ ਸ਼ਾਇਦ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਗਿਣਤੀ ਤੇ ਹੋਣਗੇ ਤੇ ਹੁਣ ਤੁਸੀਂ ਦੱਸਿਆ ਵੀ ਬਹੁਤ ਮੁਲਕਾਂ ਤੋਂ ਆ ਰਹੇ ਨੇ ਸੋ ਇੱਥੋਂ ਤੱਕ ਪਹੁੰਚਣ ਲਈ ਕੀ ਕੁਛ ਤੁਸੀਂ ਕਰਦੇ ਰਹੇ ਜਿਹਦੇ ਨਾਲ ਜਿਹੜਾ ਇੱਥੇ ਪਹੁੰਚੇ ਹੋ ਬਹੁਤ ਵਧੀਆ ਕੁਐਸਚਨ ਹੈ ਜੀ ਇਸ ਟਾਈਮ ਮੈਂ ਪ੍ਰਾਊਡਲੀ ਕਹਿ ਸਕਦਾ ਕਿ ਸੀਜੀਸੀ ਚਨਜੇੜੀ ਪੂਰੇ ਨਾਰਥ ਇੰਡੀਆ ਦਾ ਫਾਸਟੈਸਟ ਗ੍ਰੋਇੰਗ ਇੰਸਟੀਟਿਊਸ਼ਨ ਆ ਅਸੀਂ ਬਹੁਤ ਸਪੀਡ ਤੇ ਗਰੋਅ ਕਰ ਰਹੇ ਆ ਉਹਦੇ ਚ ਸਾਡੀ ਮੈਨੇਜਮੈਂਟ ਦਾ ਬਹੁਤ ਵੱਡਾ ਸੰਯੋਗ ਆ ਤੇ ਸਾਡੀ ਜਿਹੜੀ ਟੀਮ ਆ ਸਾਰੇ ਹੀ ਅਕੈਡੈਮਿਕਸ ਟੀਮ ਸਾਡੀ ਸਾਡੀ ਸਾਰੀ ਫੈਕਲਟੀ ਬਹੁਤ ਹੀ ਲਰਨਰ ਫੋਕਸਡ ਈ ਆ ਸਾਰੇ ਪੀ ਐਚ ਡੀ ਪ੍ਰੋਫੈਸਰਸ ਨੇ ਤੇ ਬਹੁਤ ਤਰੀਕੇ ਨਾਲ ਚੁਣੀ ਜਾਂਦੇ ਨੇ ਅਸੀਂ ਬੱਚਿਆਂ ਨੂੰ ਬਹੁਤ ਖਿਆਲ ਰੱਖ ਰਹੇ ਆ ਬੱਚਿਆਂ ਦਾ ਉਹਨਾਂ ਨੂੰ ਗਲੋਬਲ ਐਕਸਪੋਜ਼ਰ ਟਾਈਮ ਟੂ ਟਾਈਮ ਦਿੱਤਾ ਜਾਂਦਾ ਉਹਨਾਂ ਦੇ ਸੈਮੀਨਾਰਸ ਹੁੰਦੇ ਨੇ ਵਰਕਸ਼ਾਪਸ ਹੁੰਦੀਆਂ ਨੇ ਇਨ ਇਵਨ ਫੋਰਨਸ ਇੰਟਰਨਸ਼ਿਪ ਵੀ ਕਰ ਸਕਦੇ ਨੇ ਬੱਚੇ ਇੱਥੋਂ ਵਾਲੇ ਵੀ ਕਰ ਸਕਦੇ ਆ ਤੇ ਸਾਡੇ ਕੋਲ ਇੱਕ ਡਿਪਾਰਟਮੈਂਟ ਆ ਸਾਡਾ ਪਲੇਸਮੈਂਟਸ ਦਾ ਡਿਪਾਰਟਮੈਂਟ ਇੱਥੇ ਉਹਨਾਂ ਦੀਆਂ ਵੀ ਬਹੁਤ ਵੱਡੀਆਂ ਉਪਲਬਧੀਆਂ ਨੇ ਇੱਥੇ ਇਸ ਸਾਲ ਦੀਆਂ ਸਾਡੀਆਂ ਜਿਹੜੇ ਪਲੇਸਮੈਂਟਸ ਦੀ ਗੱਲ ਹੀ ਕਰਾਂ ਤਾਂ ਰਿਕਾਰਡ ਬ੍ਰੇਕਿੰਗ ਪਰਫਾਰਮੈਂਸਸ ਨੇ ਸਾਡੀਆਂ ਪਲੇਸਮੈਂਟਸ ਦੀ ਇਸ ਸਾਲ ਦੀਆਂ ਆ ਬਹੁਤ ਸਾਰੇ ਸਟੂਡੈਂਟਸ ਜਿਹੜੇ ਹੁੰਦੇ ਨੇ ਉਹ ਇੱਥੇ ਪਹਿਲਾਂ ਇੱਕ ਅੱਧਾ ਕੋਰਸ ਕਰਕੇ ਫਿਰ ਉਹ ਚਾਹੁੰਦੇ ਨੇ ਕਿ 12ਵੀਂ ਕੀਤਾ ਜਾਵੇ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਉਸ ਤਰ੍ਹਾਂ ਦੇ ਕਾਬਿਲ ਵੀ ਬਣਾਇਆ ਜਾਂਦਾ ਪਰ ਜਿਹੜੇ ਇਹ ਚਾਹੁੰਦੇ ਨੇ ਕਿ ਬਾਹਰ ਸਾਨੂੰ ਨਾ ਜਾਣ ਦੀ ਲੋੜ ਪਵੇ ਜੇਕਰ ਉਸ ਪੱਧਰ ਦਾ ਕੋਰਸ ਇੱਥੋਂ ਹੀ ਹੋ ਜੇ ਤਾਂ ਉਹ ਉਹਨਾਂ ਵਾਸਤੇ ਵੀ ਕੋਈ ਧਿਆਨ ਰੱਖ ਦਿਓ ਬਿਲਕੁਲ ਜੀ ਉਹਨਾਂ ਵਾਸਤੇ ਵੀ ਹੈਗਾ ਅਸੀਂ ਹੁਣ ਇੱਕ ਲੇਟਲੀ ਸਰਟੀਫਿਕੇਟਸ ਵੀ ਇੰਟਰਡਿਊਸ ਕੀਤਾ ਹਾਰਵਰਡ ਯੂਨੀਵਰਸਿਟੀ ਤੋਂ ਉਹਦੇ ਵਿੱਚ ਬੱਚਾ ਇੱਥੇ ਬੈ ਕੇ ਹੀ ਉਹ ਬੱਚਾ ਨੂੰ ਸਰਟੀਫਿਕੇਟਸ ਵੀ ਮਿਲਣਗੇ ਆ ਪੜਾਈ ਪੂਰੀ ਕਰਕੇ ਇੱਥੋਂ ਦੀ ਪਲੱਸ ਜਿਹੜਾ ਬੱਚਾ ਇੱਥੇ ਵੀ ਪੜ ਰਿਹਾ ਉਹਨਾਂ ਲਈ ਵੀ ਫੋਰਨ ਪ੍ਰੋਫੈਸਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਉਂਦੇ ਰਹਿੰਦੇ ਨੇ ਤਾਂ ਜਿਹੜੀ ਆਪਣੀ ਪੜਾਈ ਹੈ ਇੱਥੋਂ ਦੀ ਉਹ ਗਲੋਬਲ ਸਟੈਂਡਰਡਸ ਦੇ ਹਿਸਾਬ ਨਾਲ ਹੀ ਆ ਤਾਂਹੀਂ ਤਾਂਹੀਂ ਕਰਕੇ ਬੱਚਾ 2 ਸਾਲ ਆਪਣੇ ਕੋਲ ਇੱਥੇ ਪੜ ਕੇ 3rd ਇਅਰ ਸਿੱਧੀ ਉੱਥੇ ਐਡਮਿਸ਼ਨ ਲੈ ਸਕਦਾ ਤਾਂ ਜਿਹੜੀ ਆਪਣੀ ਕ੍ਰੈਡਿਟਸ ਕੈਦਰਦੇ ਆਪਾਂ ਉਹ ਕ੍ਰੈਡਿਟਸ ਮੈਚ ਹੁੰਦੇ ਨੇ ਉਹ ਫੋਰਨ ਯੂਨੀਵਰਸਿਟੀਆਂ ਨਾਲ ਤਾਂ ਹੀ ਕਰਕੇ ਬੱਚਾ ਉੱਥੇ ਜਾ ਸਕਦਾ ਸੋ ਜਿਹੜੇ ਆਪਣੇ ਐਜੂਕੇਸ਼ਨਲ ਸਟੈਂਡਰਡਸ ਨੇ ਉਹ ਵਰਲਡ ਕਲਾਸ ਨੇ ਇੱਥੋਂ ਦੀ ਆਰਟਿਸਵਾਲ ਜੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸੋਚਿਆ ਹੋਇਆ ਹੈ ਕਿ ਜਿਹੜਾ ਹੋਰ ਇਸ ਤੋਂ ਵੀ ਵੱਧ ਤੁਸੀਂ ਕਰੋ ਕੋਈ ਅਜੰਡਾ ਹੋਵੇ ਕੋਈ ਹੋਰ ਰੋਡ ਮੈਪ ਹੋਵੇ ਸਟੂਡੈਂਟਸ ਨੂੰ ਦੇਖੋ ਇਸ ਚੀਜ਼ ਦੀ ਕੋਈ ਸੀਮਾ ਨਹੀਂ ਹੈਗੀ ਸਾਡਾ ਬਹੁਤ ਵੱਡਾ ਪਲਾਨ ਆ ਇਨਫੈਕਟ ਗਲੋਬਲ ਐਕਸਪੋజర్ ਦੀ ਹੀ ਗੱਲ ਕਰਾਂ ਜੇ ਮੈਂ ਇੰਟਰਨੈਸ਼ਨਲ ਲੈਵਲ ਦੀ ਹੀ ਗੱਲ ਕਰਾਂ ਤਾਂ ਸਾਡਾ ਸੁਪਨਾ ਹੈਗਾ ਟੂ ਬੀ ਅਪ ਆਇਰਸ ਇਨ ਦਾ এডੂਕੇਸ਼ਨ ਸੈਕਟਰ ਟੂ ਬੀ ਨੰਬਰ 1 ਸਭ ਤੋਂ ਅੱਗੇ ਨਿਕਲਦਾ ਸਭ ਤੋਂ ਅੱਗੇ ਜਾਣਦਾ ਤੇ ਇਸ ਚੀਜ਼ ਨੂੰ ਤਾਂ ਹੀ ਕਾਮਯਾਬ ਹੋ ਸਕਦੇ ਆ ਅਸੀਂ ਜੇ ਸਾਡੇ ਬੱਚੇ ਖੁਸ਼ ਹੋਣਗੇ ਇੱਥੇ ਤਾਂ ਉਹ ਇਸ ਚੀਜ਼ ਨੂੰ ਬਹੁਤ ਖਿਆਲ ਰੱਖਿਆ ਜਾਂਦਾ ਅਕੈਡਮਿਕਸ ਪਰਪਸ ਤੋਂ ਤੇ ਇੰਟਰਨੈਸ਼ਨਲ ਐਕਸਪੋਜ਼ਰ ਤੋਂ ਤਾਂ ਹੀ ਕਰਕੇ ਅਸੀਂ ਇੰਟਰਨੈਸ਼ਨਲ ਫੀਲਡ ਵਿੱਚ ਬਹੁਤ ਤੇਜ਼ੀ ਨਾਲ ਲੱਗੇ ਵੱਧ ਰਿਹਾ ਤਾਂ ਹੀ ਕਰਕੇ ਅਸੀਂ ਰੋਜ਼ ਇੰਟਰਨੈਸ਼ਨਲ ਯੂਨੀਵਰਸਿਟੀਆਂ ਨਾਲ ਟਾਈਅਪਸ ਤੇ ਕਰ ਰਹੇ ਆ ਅਸੀਂ ਉੱਥੇ ਟਰੈਵਲ ਵੀ ਕਰਦੇ ਆ ਉਹਨਾਂ ਦੀ ਯੂਨੀਵਰਸਿਟੀਆਂ ਪਹਿਲਾਂ ਦੇਖਦੇ ਆ ਵੀ ਕਿਵੇਂ ਨੇ ਕਿਵੇਂ ਨਹੀਂ ਹੈਗੀਆਂ ਤਾਹੀ ਅਸੀਂ ਬੱਚੇ ਉੱਥੇ ਭੇਜ ਰਿਆ ਸੀ ਆਇ ਨਹੀਂ ਹੈਗਾ ਕਿ ਕਿਸੇ ਵੀ ਯੂਨੀਵਰਸਿਟੀ 'ਚ ਬੱਚੇ ਨੂੰ ਭੇਜ ਦਈਏ ਉਹ ਪੂਰੀਆਂ ਪਰਖੀਆਂ ਹੋਈਆਂ ਯੂਨੀਵਰਸਿਟੀਆਂ ਹੀ ਹੁੰਦੀਆਂ ਨੇ ਚੰਗੀਆਂ ਯੂਨੀਵਰਸਿਟੀਆਂ ਹੀ ਹੁੰਦੀਆਂ ਨੇ ਲਾਇਸੈਂਸਡ ਹੁੰਦੀਆਂ ਨੇ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਭੇਜਦੇ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀ ਅ ਅਸੀਮ ਜੋਤ ਸਿੰਘ ਚੈਲ ਨਾਲ ਇਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਸੀਜੀਸੀ ਚ ਨੇੜੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਵੱਧ ਤੋਂ ਵੱਧ ਜਿਹੜੇ ਸਟੂਡੈਂਟਸ ਨੇ ਜਿਹੜੇ ਬਾਰ ਜਾ ਕੇ ਪੜਨ ਦੇ ਚਾਹਵਾਨ ਨੇ ਉਹਨਾਂ ਨੂੰ ਬੈਟਰ ਫੈਸਿਲਿਟੀਆਂ ਕੀ ਕੀ ਮਿਲ ਰਹੀਆਂ ਨੇ ਤੇ ਹੋਰਾਂ ਮੁਲਕਾਂ ਤੋਂ ਜਿਹੜੇ ਇੱਥੇ ਸਟੂਡੈਂਟਸ ਪੜਨ ਆਉਂਦੇ ਨੇ ਉਹਨਾਂ ਲਈ ਖਾਸ ਤੌਰ ਤੇ ਇੱਕ ਕਲਚਰਲ ਡਾਈਵਰਸਿਟੀ ਦੀ ਜਿਹੜੀ ਝਲਕ ਆ ਉਹ ਇੱਥੇ ਸੀਸੀ ਚ ਜਿਹੜੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿਵੇਂ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਤੇ ਕਿਵੇਂ ਉਹਨਾਂ ਲਈ ਖਾਸ ਤੌਰ ਤੇ ਪੜਾਈ ਹੋਵੇ ਯਾ ਹੋਰ ਫੀਲਡਸ ਹੋਣ ਉਹਨਾਂ ਦੇ ਵਿੱਚ ਉਹਨਾਂ ਲਈ ਕੰਮ ਕਰ ਜਿਹੜੇ ਨੇ ਕੀਤੇ ਜਾਂਦੇ ਨੇ ਮੁਹਾਲੀ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼